ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਵਾਰਤਾਲਾਪ ਲਿਖੀ ਹੈ ਜਿਸ ਵਿੱਚ ਕੀਰਤਨ ਕਰਨ ਵਾਲੇ ਕਥਾ ਕਰਨ ਵਾਲਿਆਂ ਦੇ ਜੋ ਸ਼ੰਕੇ ਹੁੰਦੇ ਹਨ ਉਹਨਾਂ ਨੂੰ ਨਿਵਰਤ ਕੀਤਾ ਗਿਆ ਹੈ ਤਿੰਨ ਦੋਸਤ ਸਨ ਇੱਕ ਨਰਮ ਸਿੰਘ ਇੱਕ ਸ਼ਰਮ ਸਿੰਘ ਇੱਕ ਮਰਮ ਸਿੰਘ ਨਰਮ ਸਿੰਘ ਕੀਰਤਨ ਕਰਦਾ ਸੀ ਸ਼ਰਮ ਸਿੰਘ ਕਥਾ ਕਰਦਾ ਸੀ ਤੇ ਮਰਮ ਸਿੰਘ ਗ੍ਰੈਸ ਨੂੰ ਤਿਆਗ ਕੇ ਮਠ ਵਿੱਚ ਵਸਣ ਨੂੰ ਸਿੱਧੀ ਸਮਝੀ ਬੈਠਾ ਸੀ ਬਹੁਤ ਸਮੇਂ ਮਗਰੋਂ ਤਿੰਨੋਂ ਆਪਸ ਵਿੱਚ ਮਿਲ ਬੈਠੇ ਆਪਣੇ ਆਪਣੇ ਮਨ ਦੀ ਅਵਸਥਾ ਇੱਕ ਦੂਜੇ ਨੂੰ ਸੁਣਾ ਰਹੇ ਸਨ ਸ਼ਰਮ ਸਿੰਘ ਜੋ ਕਥਾ ਕਰਦਾ ਸੀ ਉਸਨੇ ਕਿਹਾ ਜਿਸ ਵੇਲੇ ਕਥਾ ਕਰੀਦੀ ਹੈ ਸੰਗ ਜੁੜੀ ਆਉਂਦੀ ਹੈ ਤੇ ਕੋਈ ਰਸਨਾ ਸੋਹਣਾ ਉਚਾਰਨ ਕਰਦੀ ਹੈ ਉਸ ਵੇਲੇ ਦਿਲ ਵਿੱਚ ਕੁਝ ਸਵਾਦ ਜੇ ਵਿੱਚ ਹੋ ਜਾਂਦਾ ਹੈ ਮਗਰੋਂ ਤਾਂ ਫਿਰ ਕਈ ਵੇਰ ਉਟਾ ਓਟਰੇ ਵਾਉ ਮਨ ਉਖੜ ਜਾਂਦਾ ਹੈ ਨਰਮ ਸਿੰਘ ਆਪਣੇ ਮਨ ਦੀ ਹਾਲਤ ਦੱਸਦਾ ਹੈ ਕਿ ਇਹ ਗੱਲ ਤਾਂ ਮੈਨੂੰ ਵੀ ਕਦੇ-ਕਦੇ ਹੁੰਦੀ ਹੈ ਕੀਰਤਨ ਵਿੱਚ ਦਿਲ ਖਿੜ ਜਾਂਦਾ ਹੈ ਚੜ ਜਾਂਦਾ ਹੈ ਪਰ ਜੋ ਕੁਝ ਅਸੀਂ ਸੁਣਾਉਂਦੇ ਹਾਂ ਉਹ ਤਾਂ ਪੱਲੇ ਪੈਂਦਾ ਨਹੀਂ ਦੀਦਾ ਉਮਰ ਵਢੇਰੀ ਹੋ ਗਈ ਹੈ ਮੌਤ ਨੇੜੇ ਆ ਰਹੀ ਹੈ ਹੁਣ ਤਾਂ ਕੁਝ ਉਪਰਾਲਾ ਕਰੀਏ ਭਾਈ ਮਰਮ ਸਿੰਘ ਜੀ ਕਹਿੰਦਾ ਹੈ ਸੱਚ ਤਾਂ ਇਹ ਹੈ ਕਿ ਕੁਝ ਨਹੀਂ ਬਣਿਆ ਸਗੋਂ ਕੁਛ ਸਰੀਰ ਔਰਿਆ ਗਿਆ ਹੈ ਮਨ ਦੇ ਵਿਕਾਰ ਕੋਈ ਨਹੀਂ ਦੂਰ ਹੋਏ ਇਟਕਿਆ ਕੋਈ ਨਹੀਂ ਅਤੇ ਜਿਸ ਨੂੰ ਗੁਰੂ ਥਾਪ ਕੇ ਮਗਰ ਲਗੇ ਸਾ ਜਦ ਤੱਕ ਦੂਰ ਦੂਰ ਸਾ ਤਾਂ ਢੋਲ ਸੁਹਾਉਣੇ ਲੱਗਦੇ ਰਹੇ ਜਦ ਕੁਛ ਸਮਾਂ ਨੇੜੇ ਰਹੇ ਤਾਂ ਲਛੋ ਬਾਈ ਦੀ ਛਾਇਆ ਦਿਸ ਪਈ ਜੋ ਵਰਤ ਰਹੀ ਹੈ ਉਥੇ ਵੀ ਚਲਤੇ ਪੁਰਜ਼ੇ ਦੁਨੀਆ ਦੇ ਚਾਲਾਕ ਲੋਕ ਮੁਹਰੀ ਹਨ ਇਸ ਤਰ੍ਹਾਂ ਤਿੰਨੋਂ ਆਪਣੇ ਆਪਣੇ ਮਨ ਦੀ ਅਵਸਥਾ ਤੇ ਆਪੋ ਆਪਣਾ ਦੁੱਖ ਸਾਂਝਾ ਕਰ ਰਹੇ ਸਨ ਕਿ ਇਹਨਾਂ ਨੂੰ ਉਹਨਾਂ ਨੂੰ ਸਦਾ ਆ ਗਿਆ ਕੀਰਤਨ ਕਰਨ ਦਾ ਬਾਬੂ ਸੁਰਿੰਦਰਨਾਥ ਦੇ ਟਿਕਾਣੇ ਜਾਣ ਦਾ ਸੋ ਤਿੰਨੇ ਉੱਥੇ ਜਾਂਦੇ ਹਨ ਉੱਥੇ ਬਾਬੂ ਸੁਰਿੰਦਰਨਾਥ ਜੀ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਉਸ ਨੂੰ ਗੁਰਬਾਣੀ ਨਾਲ ਪ੍ਰੇਮ ਪਿਆ ਫਿਰ ਕੁਝ ਹੜ੍ਹ ਬੀਤੀਆਂ ਗੁਰਬਾਣੀ ਦੀਆਂ ਵਰਤੀਆਂ ਘਟਨਾਵਾਂ ਜੋ ਅਲੱਗ-ਅਲੱਗ ਮਤ-ਮਤਾਂਤਰਾ ਵਾਲਿਆਂ ਨਾਲ ਵਰਤੀਆਂ ਸਨ ਉਹਨਾਂ ਦਾ ਵਰਣਨ ਕਰਦਾ ਹੈ ਕਿ ਕਿਵੇਂ ਗੁਰਬਾਣੀ ਸੁਣ ਕੇ ਉਹਨਾਂ ਦਾ ਜੀਵਨ ਬਦਲ ਗਿਆ ਤਾਂ ਇਹਨਾਂ ਨੂੰ ਹੋਰ ਸ਼ਰਮ ਆਉਂਦੀ ਹੈ ਕਿ ਦੂਸਰੇ ਮਤਾਂ ਵਾਲਿਆਂ ਦਾ ਗੁਰਬਾਣੀ ਨਾਲ ਕਿਵੇਂ ਜੀਵਨ ਬਦਲ ਗਿਆ ਤੇ ਅਸੀਂ ਤਾਂ ਕਈ-ਕਈ ਸਾਲਾਂ ਤੋਂ ਕੀਰਤਨ ਕਰਦੇ ਹਾਂ ਕਥਾ ਕਰਦੇ ਹਾਂ ਸਾਡਾ ਕੁਝ ਨਹੀਂ ਬਣਿਆ ਇਹ ਸੋਚ ਕੇ ਤੇਨਾਂ ਨੇ ਸਲਾਹ ਬਣਾਈ ਕਿ ਅਵ ਸੰ ਬਿਮਲਾ ਸਿੰਘ ਜੀ ਕੋਲ ਜਾ ਕੇ ਆਪਣੇ ਸ਼ੰਕੇ ਨਿਵਰਤ ਕਰਿਏ ਸੋ ਸਾਰੇ ਫਿਰ ਉੱਥੇ ਜਾਂਦੇ ਹਨ ਉਸ ਤੋਂ ਅੱਗੇ ਜੋ वार्तालाप ਹੋਈ ਉਹ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਜੀ ਅਗਲੇ ਦਿਨ ਸਾਰੇ ਪਤਾ ਲਾ ਕੇ ਜਾਂ ਸੰਤਾਂ ਕੋਲ ਪਹੁੰਚੇ ਸੰਤਾਂ ਨੇ ਆਦਰ ਦਿੱਤਾ ਤੇ ਸਫਤ ਬਹਾਲ ਲਿਆ ਫਿਰ ਪੁੱਛਣ ਲੱਗੇ ਗੁਰੂ ਕਾ ਖਾਲਸਾ ਕਿਵੇਂ ਕਿਰਪਾਲ ਹੋਇਆ ਹੈ ਮਰਮ ਸਿੰਘ ਵੈਦ ਕੋਲ ਰੋਗੀ ਜਾਂਦਾ ਹੈ ਤੇ ਗੁਰਮੁਖਾਂ ਕੋਲ ਮਨਮੁਖ ਤੇ ਬੇਮੁਖ ਤੇ ਸਾਖਤ ਆਉਂਦੇ ਹਨ ਕਿ ਭਲਾ ਜੇ ਕੋਈ ਟੁਕਰ ਗੁਰਮੁਖਤਾ ਸੰਮੁਖਤਾ ਕੇ ਸਾਈ ਨਾਲ ਜੁੜਨ ਦਾ ਮਿਲ ਜਾਵੇ ਸੰਤ ਵਾਹਿਗੁਰੂ ਵਾਹਿਗੁਰੂ ਸਜਣੋ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲਬਲ ਜਸਾ ਤੁਹਾਨੂੰ ਕੋਈ ਪਰਮਾਰਥ ਦੀ ਤਰੀਕਾ ਹੈ ਤਾਂ ਟੁਰ ਕੇ ਆਏ ਹੋ ਨਾ ਤੇ ਆ ਕੇ ਏਡੀ ਨਿਮਰਤਾ ਵਿੱਚ ਬੋਲੇਓ ਇਹ ਲੱਛਣ ਹੈ ਪਿਆਸ ਦਾ ਜਿਸ ਨੂੰ ਪਿਆਸ ਹੈ ਉਹ ਜੀਉਂਦਾ ਹੈ ਪਰ ਸ਼ੌਕ ਹੈ ਉਸ ਲਈ ਕਿ ਜਿਸ ਨੂੰ ਪਿਆਸ ਨਹੀਂ ਤੁਹਾਨੂੰ ਪਤਾ ਹੈ ਕਿ ਅਸੀਂ ਰੋਗੀ ਹਾਂ ਜਿਸ ਨੂੰ ਰੋਗ ਦਾ ਪਤਾ ਨਹੀਂ ਉਸ ਲਈ ਨਿਰਾਸ਼ਤਾ ਹੁੰਦੀ ਹੈ ਹਾਂ ਸਜਣੋ ਕਰੋ ਕਿਰਪਾ ਦੱਸੋ ਜੋ ਕੀ ਚਾਹੁੰਦੇ ਹੋ ਜੋ ਇਸ ਸ਼ਰੀਰ ਨੂੰ ਪਤਾ ਉਸੇ ਤਾਂ ਦੱਸ ਦੇਸੀ ਅਤੇ ਜਿਸ ਗੱਲ ਦਾ ਨਹੀਂ ਪਤਾ ਉਸਤੇ ਕੋਈ ਵਸ ਨਹੀਂ ਚੱਲ ਸਕਦਾ ਜੀ ਵਾਹ ਸਾਰੇ ਸਮਰਥ ਹੈ ਗੁਰੂ ਜਿਸ ਦੇ ਸਿਰ ਹੱਤਾਰੇ ਉਹ ਕਾਰਜ ਸਾਰ ਦਿੰਦਾ ਹੈ ਨਰਮ ਸਿੰਘ ਜੀਉ ਜੀ ਮੈਂ ਤਹਾ ਗੁਰੂ ਕਾ ਕੀਰਤਨੀਆ ਮੇਰਾ ਰਾਗੀ ਜਥਾ ਹੈ ਮੇਰਾ ਨਾਮ ਹੈ ਨਰਮ ਸਿੰਘ ਇਹ ਹਨ ਭਾਈ ਸ਼ਰਮ ਸਿੰਘ ਇਹ ਗੁਰੂ ਕੀ ਬਾਣੀ ਦੀ ਕਥਾ ਕਰਦੇ ਹਨ ਤੇ ਇਹ ਹਨ ਭਾਈ ਮਰਮ ਸਿੰਘ ਇਹਨਾਂ ਨੂੰ ਕੋਈ ਸਤਸੰਗ ਲੱਗਾ ਸੀ ਪਰਸੀ ਕੁਸੰਗ ਦਾ ਹੁਕਮ ਰੱਖਣ ਵਾਲਾ ਉਸ ਨੇ ਗੁਰੂ ਕੀ ਬਾਣੀ ਤੋਂ ਦੂਰ ਕਰਕੇ ਕੀਰਤਨ ਤੋਂ ਵਿਛੋੜ ਕੇ ਕੋਈ ਹੋਰ ਸਾਧਨ ਲਾ ਦਿੱਤਾ ਜਿਸ ਦੇ ਅੰਤ ਵਿੱਚ ਇਹ ਕੁਝ ਸਿਹਤ ਗਵਾ ਕੇ ਉਥੋਂ ਦਾ ਅੰਦਰਲਾ ਹਾਲ ਸੱਚ ਤੋਂ ਦੁਰਾੜਾ ਦੇਖ ਕੇ ਮੁੜ ਆਏ ਹਨ ਉਹ ਬਾਹਰੋਂ ਤਾਂ ਸਿੱਖੀ ਸਿੱਖੀ ਹੀ ਕਹਿ ਦਿੰਦੇ ਹਨ ਪਰ ਅੰਦਰ ਜਪ ਹੋ ਰਿਹਾ ਤੇ ਕਿਸੇ ਹੋਰ ਦੇ ਉਪਾਸ਼ਕ ਹਨ ਇਸ ਗੱਲੋਂ ਇਹ ਬਹੁਤ ਉਦਾਸ ਹੋ ਕੇ ਆਏ ਹਨ ਅਸੀਂ ਸਾਰੇ ਸਹਿਚਾਰੀ ਹਾਂ ਰਾਤ ਅਸੀਂ ਸੁਰਿੰਦਰਨਾਥ ਦੇ ਘਰ ਕੀਰਤਨ ਕਰਨ ਗਏ ਸਾਂ ਉਹਨਾਂ ਨੇ ਜੋ ਬਚਨ ਗੁਰਬਾਣੀ ਦੀ ਮਹਿਮਾ ਦੇ ਕੀਤੇ ਹਨ ਤੇ ਬੀਤੇ ਹੋਏ ਸਮਾਚਾਰ ਸੁਣਾਏ ਹਨ ਅਸੀਂ ਸੁਣ ਸੁਣ ਕੇ ਸ਼ਰਮਿੰਦੇ ਹੋ ਹੋ ਗਏ ਹਾਂ ਕਿ ਇਹਨਾਂ ਦੂਰ ਵਸਦਿਆਂ ਨੂੰ ਬਾਣੀ ਦੀ ਕਦਰ ਹੈ ਤੇ ਅਸੀਂ ਡੱਡੂ ਵਾਂਗੂ ਬਿਮਲ ਅੰਮ੍ਰਿਤ ਦੇ ਵਿੱਚ ਵਸ ਕੇ ਸਿਵਾਲ ਦੇ ਪ੍ਰੇਮੀ ਹਾਂ ਤੇ ਅੰਮ੍ਰਿਤ ਨੂੰ ਨਹੀਂ ਲਖ ਰਹੇ ਕੋਈ ਸਾਨੂੰ ਵੀ ਰਾਹ ਲੱਭੇ ਆਪ ਦਾ ਜਸ ਸੁਣ ਕੇ ਆਏ ਹਾਂ ਕੋਈ ਮਿਹਰ ਕਰ ਦਿਓ ਸੰਤ ਤੁਸਾਂ ਤਾਂ ਰੋਗ ਤੇ दारू ਆਪੇ ਹੀ ਦੱਸ ਦਿੱਤਾ ਹੈ ਗੁਰੂ ਬਾਬੇ ਦੇ ਸ਼ਬਦ ਦਾ ਟਿਕਾ ਕਰ ਦਿੱਤਾ ਨੇ ਪਖਸੇ ਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਤੁਸੀਂ ਗੁਰੂ ਕੇ ਜਸ ਕਰਨ ਵਾਲੇ ਹੋ ਆਦਰਯੋਗ ਹੋ ਕਿਰਪਾ ਕਰਕੇ ਆਪਣੀ ਵਿਥਿਆ ਖੋਲ ਕੇ ਸੁਣਾਓ ਤਤ ਸਾਰਿਆਂ ਨੇ ਆਪੋ ਆਪਣੇ ਹਾਲ ਕਹਿ ਸੁਣਾਏ ਸੁਣ ਕੇ ਸੰਤਾਂ ਨੇ ਧੰ ਗੁਰੂ ਨਾਨਕ ਆਖਿਆ ਤੇ ਕਹਿਣ ਲੱਗੇ ਸਜਣੋ ਗੁਰਬਾਣੀ ਤੁਰ ਤੋਂ ਆਈ ਬਾਣੀ ਹੈ ਤੇ ਇਹ ਗੁਰ ਅਵਤਾਰਾਂ ਦੀ ਕਹੀ ਹੋਈ ਅੰਮ੍ਰਿਤ ਬਾਣੀ ਪੱਕੀ ਬਾਣੀ ਹੈ ਤੁਸੀਂ ਇਸ ਦੇ ਜਾਣੂ ਹੋ ਤੇ ਦਿਮਾਗੀ ਸਮਝ ਤੁਸਾਂ ਕੋਲ ਹੈ ਸ਼ਰਮ ਸਿੰਘ ਵੱਲ ਹੱਥ ਕਰਕੇ ਇਹ ਕਥਾ ਕਰਕੇ ਜਾਣੂ ਹਨ ਨਰਮ ਸਿੰਘ ਵੱਲ ਹੱਥ ਕਰਕੇ ਤੁਸੀਂ ਜਿਸ ਵੇਲੇ ਪ੍ਰਮਾਣ ਦਿੰਦੇ ਹੋ ਜਾਣੂ ਹੁੰਦੇ ਹੋ ਤਾਂ ਦਿੰਦੇ ਹੋ ਨਾ ਮਰਮ ਸਿੰਘ ਵੱਲ ਹੱਥ ਕਰਕੇ ਇਹ ਵੀ ਜਾਣੂ ਹਨ ਇਨ੍ਹਾਂ ਦੀ ਜਾਣ-ਮਾਨ ਉਪਰ ਤਖ ਗਿਆਨ ਹੈ ਜੋ ਕਿਸੇ ਨੂੰ ਬੇੜੀ ਵਿੱਚ ਬੈਠੇ ਬੇੜੀ ਦੇ ਸੁੱਖ ਦੀ ਕਦਰ ਨਾ ਕਰਦੇ ਹੋਏ ਦਰਿਆ ਵਿੱਚ ਡਿੱਗ ਕੇ ਬੇੜੀ ਦੀ ਕਦਰ ਦਾ ਗਿਆਨ ਪ੍ਰਾਪਤ ਹੋਇਆ ਸੀ ਉਹ ਇਹ ਕਿ ਬਾਣੀ ਦੇ ਜਾਣੂ ਹੋ ਕੇ ਬਾਣੀ ਨੂੰ ਛੱਡ ਗਏ ਛੱਡ ਕੇ ਇਹਨਾਂ ਨੂੰ ਤਜਰਬੇ ਨੇ ਦੱਸਿਆ ਕਿ ਉਹ ਥਾਂ ਸੁਖ ਦਾਤੀ ਐ ਸੀ ਜਿਸ ਤੋਂ ਮੈਂ ਆਪਣੀ ਦੂਰੀ ਕਰਕੇ ਆਪਣੇ ਲਈ ਸੁਖ ਦਾ ਅਭਾਵ ਪੈਦਾ ਕੀਤਾ ਹੈ ਸੋ ਹਉ ਤਿੰਨੇ ਸਜਣ ਜਾਣੂ ਹੁਣ ਵੇਖਣਾ ਹੈ ਕਿ ਜੇ ਕੋਈ ਕਸਰ ਹੈ ਤਾਂ ਕਿੱਥੇ ਹੈ ਇਸ ਪਰ ਮੈਂ ਆਪ ਨੂੰ ਇੱਕ ਗੁਰੂ ਨਾਨਕ ਦੇਵ ਜੀ ਦੇ ਸਮੇ ਹੋ ਚੁਕੇ ਕੀਰਤਨੀਏ ਤੇ ਇੱਕ ਕਥਾ ਵਾਲੇ ਦਾ ਸੰਖੇਪਾਲ ਸੁਣਾਉਂਦਾ ਹਾਂ ਜਿਨ੍ਹਾਂ ਪਰ ਸਤਿਗੁਰੂ ਦੀ ਮੇਰ ਹੋਈ ਸੀ ਭਾਈ ਗੁਰਦਾਸ ਜੀ ਲਿਖਦੇ ਹਨ ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ ਇਨਾਂ ਦੇ ਕੀਰਤਨ ਤੇ ਕਥਨ ਦਾ ਅਸਰ ਭਾਈ ਮਨੀ ਸਿੰਘ ਜੀ ਐਵੇਂ ਲਿਖਦੇ ਹਨ ਭਾਈ ਮਾਲੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਤੇ ਭਾਈ ਮੰਗਾ ਸੰਮੁਖ ਬੈਠ ਕੇ ਸਭ ਇੰਦਰੀਆਂ ਤੇ ਮਨ ਨੂੰ ਸੰਕੋਚ ਕੇ ਸੁਣੇ ਤੇ ਦੋਨੋਂ ਮਿਲ ਕੇ ਫਿਰ ਕੀਰਤਨ ਕਰਨ ਉਹਨਾਂ ਦੀ ਰਸਨਾ થી ਐਸਾ ਸਭ ਸਿੱਖਾਂ ਨੂੰ ਰਸ ਆਵੇ ਤਾਂ ਜੇ ਕੋਈ ਸੁਣੇ ਸਭ ਪਾਪਾਂ ਦਾ ਤਿਆਗ ਕਰਨ ਤੇ ਧਰਮ ਦੀ ਕਿਰਤ ਕਰਕੇ ਵਣ ਖਾਉਣ ਤੇ ਆਏ ਗਏ ਸਾਧਾਂ ਸੰਤਾਂ ਦੀ ਟਹਿਲ ਕਰਨ ਸਾਰੇ ਦੇਸ਼ ਦਾ ਕਲਿਆਣ ਹੋਆ ਏਸੀ ਫਲ ਜੋ ਮਾਲੂ ਮੰਗੋ ਦੀ ਕਥਾ ਤੇ ਕੀਰਤਨ ਕਰਨ ਨੂੰ ਪੈਂਦਾ ਸੀ ਸੋ ਕਥਾ ਕੀਰਤਨ ਵਾਲੇ ਐਸੇ ਚਾਹੀਏ ਭਾਈ ਮਰਮ ਸਿੰਘ ਜੇ ਖੇਚਲ ਨਾ ਹੋਵੇ ਤਾਂ ਉਹਨਾਂ ਦੇ ਉਧਾਰ ਦਾ ਪ੍ਰਸੰਗ ਕੁਝ ਕਿਰਪਾ ਕਰ ਦਿਓ ਸੰਤ ਇਹ ਦੋਹੇ ਸਜਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆਏ ਸਨ ਆਕੇ ਹੱਥ ਬੰਦ ਅਰਦਾਸ ਬਖਾਨੀ ਕਰੋ ਕਿਰਪਾ ਸ੍ਰੀ ਗੁਰਗੁਣ ਖਾਨੀ ਨਿਜ ਮੁਖ ਸੋ ਉਪਦੇਸ਼ ਕਰੀ ਜੈ ਜਹ ਤੈ ਜਨਮ ਮਰਨ ਕਟ ਦੀਜੈ ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਭਾਈ ਤਪ ਕਰੋ ਤਪ ਬਿਨਾ ਮੈਲ ਨਹੀਂ ਲੈਂਦੀ ਉਨਾ ਅਦਬ ਨਾਲ ਪੁੱਛਿਆ ਕਿ हे ਜਗਤ ਦੇ ਨਿਸਤਾਰਾ ਕਰਨ ਵਾਲੇ ਦਾਤੇ ਤਪ ਦੀ ਜਾਂਚ ਦੱਸੋ ਕੀ ਕੌਣ ਕਰੀਦਾ ਹੈ ਸ੍ਰੀ ਗੁਰੂ ਜੀ ਬੋਲੇ ਭਾਈ ਤਪ ਕਈ ਪ੍ਰਕਾਰ ਦਾ ਹੈ ਤੁਸੀਂ ਸੁਣ ਲਾਓ ਤੇ ਫਿਰ ਚੁਣੋ ਉਹ ਬੋਲੇ ਕਿਰਪਾ ਕਰੋ ਤਾਂ ਬਾਬਾ ਜੀ ਬੋਲੇ ਜਲ ਹੀਵਨਾ ਅਗਨ ਤਪਨੀ ਬ੍ਰਤ ਰਖਣੇ ਠੰਡ ਗਰਮੀ ਸਹਾਰਨੀ ਉੱਠੇ ਲਟਕਣਾ ਖੜੇ ਰਹਿਣਾ ਖਾਣ ਪਾਣ ਕੰਦ ਮੂਲ ਦਾ ਕਰਨਾ ਬਨਾ ਵਿੱਚ ਰਹਿਣਾ ਤੇ ਤੀਰਥਾਂ ਤੇ ਪਰਮਣਾ ਇਹ ਹਨ ਕਠਨ ਤਪ ਇਹਨਾਂ ਨਾਲ ਮਨ ਨੂੰ ਤੇ ਦੇਨ ਨੂੰ ਮਾਰੀਦਾ ਹੈ ਦੂਸਰਾ ਹੋਰ ਤਪ ਹੈ ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾਂ ਨਾਲ ਇਸਥੇਥਿਲ ਕਰ ਦੇਣਾ ਇਸ ਲਈ ਯੋਗ ਦੇ ਕਰਮ ਨੇਤੀ ਧੋਤੀ ਨੌਲੀ ਫਿਰ ਪ੍ਰਾਣਾਯਾਮ ਆਦਿ ਕਰੀਂਦੇ ਹਨ ਇਹਨਾਂ ਲਈ ਸੰਸਾਰ ਤੋਂ ਕੁਝ ਵੱਖਰੇ ਰਹਿਣ ਦੀ ਵੀ ਲੋੜ ਹੈ ਤੀਸਰੇ ਹੈ ਕਥਾ ਕੀਰਤਨ ਵਿੱਚ ਰਹਿਣਾ ਬਾਣੀ ਪੜਨੀ ਵਿਚਾਰਨੀ ਬਾਣੀ ਦਾ ਕੀਰਤਨ ਕਰਨਾ ਸੁਣਨਾ ਬਾਣੀ ਵਿੱਚ ਆਏ ਹੁਕਮਾਂ ਤੇ ਟੁਰਨਾ ਪਹਿਲਾ ਤਪ ਬਹੁਤ ਕਠਨ ਹੈ ਦੂਸਰਾ ਕਠਨ ਹੈ ਤੇ ਤੀਸਰਾ ਸੁਗਮ ਹੈ ਜੋ ਪਹਿਲਾ ਬਹੁਤ ਕਠਨ ਹੈ ਉਸ ਦਾ ਫਲ ਥੋੜਾ ਹੈ ਦੂਜਾ ਜੋ ਕਠਨ ਹੈ ਉਸ ਦਾ ਫਲ ਉਸ ਤੋਂ ਵਧੇਰੇ ਹੈ ਤੀਸਰਾ ਜੋ ਤਪ ਸੁਗਮ ਹੈ ਉਸ ਦਾ ਫਲ ਸਭ ਤੋਂ ਵਧੇਰਾ ਹੈ ਤਾਂ ਮਾਲੋ ਨੇ ادب ਨਾ ਲਾਖਿਆ ਸ੍ਰੀ ਮਹਾਰਾਜ ਜੀਓ ਲੋਕੀ ਤਾਂ ਆਖਦੇ ਹਨ ਕਿ ਜੇਹੀ ਮਿਹਨਤ ਤੇ ਹਾ ਫਲ ਜੇਹੀ ਵੱਡੀ ਮਜੂਰੀ ਤੇ ਹੀ ਵੱਡੀ ਉਸ ਦੀ ਹੁਜਰਤ ਤੁਸਾਂ ਬਚਨ ਕੀਤਾ ਹੈ ਕਿ ਵੱਡੀ ਮਿਹਨਤ ਦਾ ਮੁੱਲ ਥੋੜਾ ਤੇ ਥੋੜੀ ਮਿਹਨਤ ਦਾ ਮੁੱਲ ਬਹੁਤ ਆ ਇਹ ਗੱਲ ਨਹੀਂ ਸਮਝੇ ਪਈ ਕਿਰਪਾ ਕਰਕੇ ਸਮਝਾ ਦਿਓ ਤਾਂ ਬਚਨ ਹੋਇਆ ਭਾਈ ਦੇਖੋ ਲੱਕੜਹਾਰੇ ਲੱਕਣਾ ਲਿਆਉਂਦੇ ਤੇ ਪਾਂਢੀ ਪੰਡਾ ਢੋਂਦੇ ਹਨ ਮਿਹਨਤ ਬਹੁਤੀ ਕਰਦੇ ਹਨ ਮਜੂਰੀ ਕੱਢ ਪਾਉਂਦੇ ਹਨ ਜੋ ਲੂਣ ਤੇਲ ਦੀ ਹੱਟੀ ਪਾਉਂਦੇ ਹਨ ਉਹਨਾਂ ਦੀ ਮਿਹਨਤ ਉਹਨਾਂ ਤੋਂ ਘੱਟ ਹੈ ਪਰ ਖੱਟੀ ਵਧੇਰੇ ਮਿਲਦੀ ਹੈ ਇਸੇ ਤਰ੍ਹਾਂ ਬਜਾਜ ਤੇ ਸਰਾਫ ਮਜੂਰੀ ਘੱਟ ਕਰਦੇ ਹਨ ਨਫਾ ਵਧੇਰੇ ਪਾਉਂਦੇ ਹਨ ਤੇ ਜਵਾਹਰੀ ਤਾਂ ਅਤ ਘੱਟ ਮਿਹਨਤ ਕਰਦੇ ਹਨ ਪਰ ਨਫੇ ਦੀ ਪ੍ਰਾਪਤੀ ਬਹੁਤ ਹੁੰਦੀ ਹੈ ਤਿਵੇਂ ਉੱਪਰਲੇ ਤਪ ਸਮਝ ਲਓ ਇੱਕ ਤਪ ਦਾ ਅਸਰ ਦੇਹੀ ਤੇ ਹੁੰਦਾ ਹੈ ਇਕ ਦਾ ਅੰਦਰਲੇ ਇੰਦਰੀਆਂ ਤੇ ਹੁੰਦਾ ਹੈ ਪਰ ਇੱਕ ਦਾ ਅਸਰ ਮਨ ਤੇ ਬੁੱਧੀ ਉਤੇ ਹੁੰਦਾ ਹੈ ਦੇ ਸਥਿਲ ਕਰਨੀ ਇੰਦਰੇ ਸਥਿਲ ਕਰਨੇ ਬੜੇ ਕਠਨ ਕੰਮ ਹਨ ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਤੇ ਦੇ ਇੰਦਰੇ ਇਸ ਦੇ ਮਗਰ ਲਾ ਲਵੇ ਤਾਂ ਨਫਾ ਬਹੁਤਾ ਹੈ ਕਿਉਂਕਿ ਸਾਰੇ ਤਪਾਂ ਦਾ ਅੰਤ ਮਤਲਬ ਤਾਂ ਮਨ ਦਾ ਵਸਿਕਾਰ ਹੈ ਇਸ ਪਰ ਨਿਰੰਕਾਰ ਦੀ ਭਗਤੀ ਉਪਾਸ਼ਨਾ ਦ੍ਰਿੜਾਉਂਦੀ ਹੈ ਜਿਸ ਨਾਲ ਮੇਲ ਹੁੰਦਾ ਹੈ ਤੁਸੀਂ ਬਾਣੀ ਪੜੋ ਬਾਣੀ ਵਿਚਾਰੋ ਬਾਣੀ ਦਾ ਕੀਰਤਨ ਕਰੋ ਜੋ ਬਾਣੀ ਆਖੇ ਕਮਾਓ ਤੁਹਾਡੇ ਮਨ ਵਿੱਚ ਪ੍ਰੇਮ ਤੇ ਭਗਤੀ ਉਪਜੇਗੀ ਉਹ ਮੇਲ ਲਏਗੀ ਸੁਗਮ ਹੀ ਇਸ ਤਰ੍ਹਾਂ ਸਤਿਗੁਰ ਦਾ ਉਪਦੇਸ਼ ਸੁਣ ਕੇ ਮਾਲੋ ਤੇ ਮੰਗੋ ਲੱਗ ਪਏ ਤੇ ਇੱਥੇ ਅਪੜ ਕੇ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ ਤੇ ਉਹਨਾਂ ਨੇ ਦੂਸਰਿਆਂ ਦਾ ਵੀ ਕਲਿਆਣ ਕੀਤਾ ਹੁਣ ਤੁਸੀਂ ਵਿਚਾਰ ਕਰ ਲੋ ਕਿ ਇੱਕ ਤਾਂ ਗੁਰੂ ਨਾਨਕ ਦੀ ਮਿਹਰ ਉਹਨਾਂ ਤੇ ਹੋ ਗਈ ਦੂਜੀ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ ਅਮਲ ਕੀ ਸੀ ਬਾਣੀ ਦਾ ਅਭਿਆਸ ਨਿਤ ਪ੍ਰਤ ਬਾਣੀ ਪੜਨੀ ਤੇ ਵਿਚਾਰਨੀ ਹੁਣ ਤੁਸੀਂ ਵੀ ਇਕਾਂਤ ਬੈਠ ਕੇ ਪਾਠ ਕਰਿਆ ਤੇ ਵਿਚਾਰਿਆ ਕਰੋ ਫਿਰ ਬਾਣੀ ਜੋ ਕਹਿੰਦੀ ਹੈ ਉਸ ਤੇ ਅਮਲ ਕਰੋ ਬਾਣੀ ਕਹਿੰਦੀ ਹੈ ਦੇਨੂ ਮਾੜੇ ਕਰਮਾਂ ਤੋਂ ਬੰਨ ਕੇ ਰੱਖੋ ਬਾਣੀ ਕਹਿੰਦੀ ਹੈ ਮਨ ਜੇ ਧਾਵੇ ਤਾਂ ਵਰਜੋ ਪੁਨਾ ਪੁਨਾ ਧਾਵੇ ਤਾਂ ਪੁਨਾ ਪੁਨਾ ਵਰਜ ਕੇ ਰੱਖੋ ਵਰਜਦਿਆਂ ਵਰਜਦਿਆਂ ਤੁਹਾਡੇ ਵਰਜਣ ਦੀ ਤਾਕਤ ਵੱਧ ਜਾਏਗੀ ਤੇ ਵਰਜੀਣ ਵਾਲਾ ਮਨ ਵਸ ਹੋ ਜਾਵੇਗਾ ਮਨ ਜਦ ਵਸ ਹੋ ਟੁਰਿਆ ਇੰਦਰੇ ਆਪੇ ਧਾਕੇ ਆਪਣੇ ਭੋਗਾਂ ਕੋਲ ਨਹੀਂ ਜਾਵਣਗੇ ਜਦ ਇੰਦਰੇ ਵਸ ਹੋ ਗਏ ਸ਼ਰੀਰ ਵਸ ਹੋ ਗਿਆ ਫਿਰ ਸ਼ਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਨਰਮ ਸਿੰਘ ਬਾਣੀ ਦਾ ਰੋਜ਼ ਕੀਰਤਨ ਕਰਦੇ ਹਾਂ ਸ਼ਰਮ ਸਿੰਘ ਜੀ ਕਥਾ ਵਿਚਾਰ ਕੇ ਹੀ ਕਰਦੇ ਹਨ ਫਿਰ ਸਾਡਾ ਕੁਝ ਨਹੀਂ ਬਣਦਾ ਸੰਤ ਭਾਈ ਗੁਰੂ ਕੀ ਸਿੱਖ ਕੱਚੇ ਬੋਲ ਨਹੀਂ ਬੋਲਦੇ ਹੁੰਦੇ ਨਾ ਆਖੋ ਸਾਡਾ ਕੁਝ ਨਹੀਂ ਬਣਦਾ ਇਹ ਤੁਸੀਂ ਆਪਣੇ ਪੈਰੀ ਆਪ ਸੱਟ ਲਾਉਂਦੇ ਹੋ ਤੁਸੀਂ ਗੁਰੂ ਦਾ ਜਸ ਕਰਨੇ ਵਾਲੇ ਹੋ ਤੁਸੀਂ ਧਨ ਹੋ ਕਦੇ ਨਾ ਕਹੋ ਸਾਡਾ ਕੁਝ ਨਹੀਂ ਬਣਿਆ ਕਿ ਨਹੀਂ ਬਣਦਾ ਭਾਈ ਇਹ ਜੋ ਫੁਰਨਾ ਫੁਰਦਾ ਹੈ ਸਾਡਾ ਕੁਝ ਨਹੀਂ ਬਣਦਾ ਇਹ ਸਦਾਚਾਰੀ ਜੀਵਨ ਦੀ ਜਾਗਰਤ ਦਾ ਲੱਛਣ ਹੈ ਬਿਮਾਰ ਨੂੰ ਜਦ ਪਤਾ ਲੱਗੇ ਕਿ ਮੈਨੂੰ ਪੀੜ ਹੈ ਤਾਂ ਸਮਝੋ ਕਿ ਹੁਣ ਇਸ ਦੀ ਹੋਸ਼ ਪਰਤ ਖਲੋਤੀ ਹੈ बेहੋਸ਼ੀ ਮੌਤ ਦੀ ਗੋਦ ਹੈ ਪਰ ਹੋਸ਼ ਸਲਾਮਤੀ ਦਾ ਕੁਛੜ ਹੈ ਸ਼ੁਕਰ ਕਰੋ ਕਿ ਬਾਣੀ ਦੇ ਮਗਰ ਲੱਗ ਕੇ ਤੁਹਾਨੂੰ ਆਪਣੇ ਰੋਗ ਦਾ ਪਤਾ ਲੱਗ ਗਿਆ ਹੈ ਤੁਸੀਂ ਵਿਆਕੁਲ ਹੋ ਸਤਸੰਗ ਟੋਲਦੇ ਹੋ ਇਹ ਗੱਲਾਂ ਬਾਣੀ ਦੇ ਕੀਰਤਨ ਤੇ ਕਥਾ ਨੇ ਪੈਦਾ ਕੀਤੀਆਂ ਹਨ ਭਾਗਾਂ ਵਾਲੇ ਹੋ ਕਿ ਤੁਹਾਨੂੰ ਆਪਣੀ ਕਿਸੇ ਕਮੀ ਦਾ ਥੋਪ ਪੈਂਦਾ ਹੈ ਤੇ ਤਰੱਕੀ ਕਰਨ ਦਾ ਸ਼ੌਕ ਉਪਜਦਾ ਹੈ ਹੁਣ ਹੋਰ ਅੱਗੇ ਵਧਣ ਦੀ ਹਿੰਮਤ ਕਰਨੀ ਹੈ ਆਖੋ ਧੰ ਗੁਰੂ ਨਾਨਕ ਤੋ ਸਾਡਾ ਦੁੱਖ ਇਹ ਹੈ ਕਿ ਮਨ ਧਾਉਂਦਾ ਹੈ ਤੇ ਰੁਕਦਾ ਨਹੀਂ ਅਰਥਾਤ ਮਨ ਮਹਿਲਾ ਹੈ ਤੇ ਖਿੰਡਦਾ ਹੈ ਤੁਸੀਂ ਹੁਣ ਬਾਣੀ ਦਾ ਦੂਸਰਾ ਹੁਕਮ ਮੰਨੋ ਨਾਮ ਜਪੋ ਇਸ ਦੇ ਦੋ ਪੱਖ ਹਨ ਇੱਕ ਤਾਂ ਬਾਣੀ ਦਾ ਪਾਠ ਆਪਣੇ ਕਲਿਆਣ ਲਈ ਕਰਨਾ ਬਾਣੀ ਵਾਸ਼ਨਾ ਨੂੰ ਰੋਕਣ ਵੱਲ ਤੇ ਵਸ ਵਿੱਚ ਕਰਨ ਵੱਲ ਲਾਵੇਗੀ ਬਾਣੀ ਸਿਫਤ ਤੇ ਸਲਾਹ ਨਾਲ ਤੁਹਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰੇਗੀ ਪਰਮੇਸ਼ਰ ਨਾਲ ਪ੍ਰੇਮ ਦੀ ਰੰਗਣ ਉਪਜਾਵੇਗੀ ਦੂਸਰੇ ਵਾਹਿਗੁਰੂ ਨਾਮ ਦਾ ਜਪਣਾ ਪਰ ਇਹ ਮਨੁਰ ਧਾਰ ਕੇ ਜਪਣਾ ਕਿ ਇਹ ਨਾਮ ਸਾਈਂ ਮਾਲਕ ਦਾ ਲਖਾਇਕ ਹੈ ਇਸ ਨਾਲ ਸਾਡੇ ਅੰਦਰ ਮਾਲਕ ਦੀ ਯਾਦ ਨੇ ਵਸਣਾ ਹੈ ਜਦੋਂ ਯਾਦ ਪੱਕ ਜਾਏਗੀ ਤਦੋਂ ਸਾਈਂ ਤੇ ਸਾਡੇ ਵਿੱਚੋਂ ਭੁੱਲ ਦੀ ਵਿਤ ਕਟ ਜਾਏਗੀ ਫਿਰ ਵਾਹਿਗੁਰੂ ਦੀ ਪਵਿੱਤਰਤਾ ਤੇ ਉਸਦੇ ਉੱਚ ਗੁਣ ਪ੍ਰੇਮ ਆਦੀ ਸਾਡੇ ਵਿੱਚ ਪਰਵੇਸ਼ ਕਰਨਗੇ ਇਥੋਂ ਤਾਈ ਕਿ ਸਾਈ ਸਾਡੇ ਵਿੱਚ ਪ੍ਰਤੀਬਿੰਬਤ ਹੋਵੇਗਾ ਦੇਖੋ ਜੋ ਕੁਝ ਕੋਈ ਚਿਤਵੇ ਉਹ ਕੁਝ ਹੋ ਜਾਂਦਾ ਹੈ ਚੋਰ ਪਹਿਲਾਂ ਚੋਰੀ ਚਿਤਵਦਾ ਹੈ ਤਾਂ ਚੋਰੀ ਦਾ ਅਮਲ ਕਰਦਾ ਹੈ ਅਮਲ ਕਰ ਕਰਕੇ ਚੋਰ ਰੂਪ ਹੋ ਜਾਂਦਾ ਹੈ ਤਿਵੇਂ ਗੁਣਾਂ ਦੇ ਸਾਗਰ ਪ੍ਰੇਮ ਦੇ ਸਮੁੰਦਰ ਵਾਹਿਗੁਰੂ ਜੀ ਦਾ ਚਿੰਤਨ ਹੈ ਸੋ ਭਾਈ ਪਹਿਲਾ ਬਾਣੀ ਨਾਲ ਪ੍ਰੇਮ ਪਾਇਆ ਤਾਂ ਬਾਣੀ ਨੇ ਮਨ ਵਿੱਚ ਪਿਆਰ ਪੈਦਾ ਕੀਤਾ ਇਸ ਚਾਹ ਤੋਂ ਬਾਣੀ ਨੇ ਨਾਮ ਦਾ ਰਸਤਾ ਦਿੱਤਾ ਨਾਮ ਯਾਦ ਬਣ ਗਿਆ ਵਾਹਿਗੁਰੂ ਦੀ ਯਾਦ ਪ੍ਰੇਮ ਹੈ ਪ੍ਰੇਮ ਹੀ ਮੇਲਣਹਾਰ ਹੈ ਇੱਟਾਂ ਨੂੰ ਚੂਨਾ ਜੋੜਦਾ ਹੈ ਲੱਕੜੀ ਨੂੰ ਸੁਰੇਸ਼ ਜੋੜਦੀ ਹੈ ਰੂਹ ਨੂੰ ਰੂਹ ਨਾਲ ਜੋੜਨ ਵਾਲਾ ਮਸਾਲਾ ਪ੍ਰੇਮ ਹੈ ਹਾਂ ਪ੍ਰੇਮ ਹੈ ਉਹ ਜੋੜਨਹਾਰ ਸਤਿਆ ਜੋ ਜੀਵ ਰੂਪੀ ਰੂਹ ਨੂੰ ਪਰਮਾਤਮਾ ਰੂਪੀ ਮਹਾਨ ਰੂਹ ਨਾਲ ਜੋੜਦੀ ਹੈ ਸਾਡੇ ਸਤਿਗੁਰਾਂ ਨੇ ਸਭ ਤੋਂ ਉੱਤਮ ਮਾਰਗ ਰੱਖਿਆ ਹੈ ਵਿਸਮਾਤ ਦਾ ਜਪਜੀ ਵਿੱਚ ਸਤਿਗੁਰ ਨੇ ਸਾਰੇ ਤਰੀਕੇ ਸਚਿਆਰ ਹੋਣ ਦੇ ਖੰਡ ਕੇ ਆਪਣਾ ਤਰੀਕਾ ਦੱਸਿਆ ਸੀ ਹੁਕਮ ਰਜਾਈ ਚਲਣਾ ਤੇ ਹੁਕਮ ਰਜਾਈ ਚਲਣ ਦਾ ਗੁਰਬਾਣੀ ਵਿੱਚ ਇਹ ਤਰੀਕਾ ਦੱਸਿਆ ਹੈ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਤੇ ਸਿਫਤ ਸਲਾਹ ਲੈ ਜਾਂਦੀ ਹੈ ਵਿਸਮਾਦ ਵਿੱਚ ਤੇ ਵਿਸਮਾਦ ਰਜ਼ਾਈ ਵਿੱਚ ਇਹ ਹੈ ਪ੍ਰੇਮ ਦੀ ਅਵਧੀ ਵਿਸਮਾਦ ਦਾ ਸਾਧਨ ਹੈ ਸਿਫਤ ਸਲਾਹ ਵਿਸਮਾਦ ਸਿਫਤ ਵਿਸਮਾਦ ਸਲਾਹ ਸਾਡੇ ਸ੍ਰੀ ਗੁਰੂ ਜੀ ਫਰਮਾਉਂਦੇ ਹਨ ਜਿਸ ਨੂੰ ਬਖਸ਼ੈ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਫਿਰ ਹੁਕਮ ਹੈ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾ ਜੈਕਾਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਮੈਲ ਦੂਰ ਹੋ ਜਾਂਦੀ ਹੈ ਗੁਣ ਗਾਵ ਤੇਰੀ ਉਤਰਸ ਮੈਲ ਬਿਨਸ ਜਾਏ ਹੋ ਮੈਂ ਬਿਗ ਫੈਲ ਸਿਫਤ ਸਲਾਹ ਨਾਲੀ ਮਨ ਤੇ ਸ਼ਰੀਰ ਸੁਖੀ ਤੇ ਰਸਮਏ ਹੁੰਦੇ ਹਨ ਨਾਨਕ ਸਿਫਤਿ ਰਤਿਆ ਮਨ ਤਨ ਹਰਿਆ ਹੋਏ ਪਰ ਇਹ ਮਾਰਗ ਹਰ ਕਿਸੇ ਨੂੰ ਨਹੀਂ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸਿਫਤ ਸਲਾਹ ਦਾ ਮਾਰਗ ਕਿਵੇਂ ਹੈ ਅਰਦਾਸ ਕਰਨੀ ਵਾਹਿਗੁਰੂ ਦਾ ਜਸ ਕਰਨ ਆਪਣੀ ਆਤਮ ਮੰਗ ਮੰਗਣੀ ਇਹ ਪਹਿਲਾ ਕਦਮ ਹੈ ਗੁਰਬਾਣੀ ਸਿਫਤ ਸਲਾਹ ਨਾਲ ਭਰੀ ਪਈ ਹੈ ਸਿਫਤ ਸਲਾਹ ਦੇ ਭੰਡਾਰ ਭਰੇ ਪਏ ਹਨ ਸਿਫਤੀ ਭਰੇ ਤੇਰੇ ਭੰਡਾਰਾ ਗੁਰਬਾਣੀ ਪਿਆਰ ਨਾਲ ਪੜਨੀ ਸਿਫਤ ਸਲਾਹ ਹੈ ਕੀਰਤਨ ਨਿਰਮੋਲਕ ਹੀਰਾ हर कीरत सात संगत है सिर कर्मन के करम पुनः कीरत करें स्वामी तेरे द्वारे नाम जो सतगुरा ने सामू बख्शिया है मंत्रा का सिर मंत्र वाहि गुरु गुरमंत्र है जप हो मैं कोई सिफत सलाह है वाह वाह अकाल पुरख की सिफत सलाह करनी है तन है तन है कौन तन है ਜੋ ਸਾਡੇ ਅੰਧਕਾਰ ਨੂੰ ਦੂਰ ਕਰਨੇ ਵਾਲਾ ਗੁਰੂ ਵਾਹਿਗੁਰੂ ਲਿਖਿਆ ਹੈ ਵਾਹ ਵਾਹ ਸਿਫਤ ਸਲਾਹ ਹੈ ਸੋ ਵਾਹਿਗੁਰੂ ਮੰਤਰ ਜਪਣਾ ਸਿਫਤ ਸਲਾਹ ਕਰਨਾ ਹੈ ਵਾਹ ਉਸ ਵੇਲੇ ਕਰੀਦਾ ਹੈ ਜਦੋਂ ਵਿਸਮਾਦ ਤੋਂ ਏਠਾ ਮਨ ਵਿੱਚ ਮੁੜੀਦਾ ਹੈ ਯਾ ਮਨ ਤੋਂ ਵਿਸਮਾਦ ਵੱਲ ਨੂੰ ਚੜੀਦਾ ਹੈ ਸੋ ਇਹ ਮੰਤਰ ਵਾਹਿਗੁਰੂ ਵਿਸਮਾਦ ਵਿੱਚ ਚੜਨ ਦਾ ਸਾਧਨ ਬਣਾਇਆ ਗਿਆ ਹੈ ਵਾਹਿਗੁਰੂ ਜਪੀਦਾ ਹੈ ਤਾਂ ਕਿ ਸਿਫਤ ਸਲਾਹ ਦਾ ਮਨ ਉਚਾ ਚੜਦਾ ਰਹੇ ਜੋ ਵਦ-ਵਦ ਕੇ ਵਿਸਮਾਦ ਬਣ ਜਾਵੇ ਤੇ ਬੇਮਾਲੂਮ ਸੁਰਤ ਵਿੱਚੋਂ ਹੋਮੈ ਕਟਿੰਦੀ ਰਹੇ ਪ੍ਰੀਮ ਭਗਤਿਨ ਪਾਇਆ ਵਿਖਿਆ ਨਾਏ ਜਰੇ ਐਉ ਹਸੰਦੇ ਆ ਖਿਡੰਦੇ ਆ ਜਾਂ ਮਿਲੀਦਾ ਹੈ ਬਾਲ ਸੁਭਾਏ ਅਕਾਲ ਪੁਰਖ ਜੀ ਨੂੰ ਤੇ ਸੁਖੀ ਹੋ ਜਾਈਦਾ ਹੈ ਜੀਉਂਦੇ ਜੀ ਆਪ ਤੇ ਸਰਬੱਤ ਦਾ ਹੋਣ ਲੱਗ ਜਾਂਦਾ ਹੈ ਭਲਾ ਸਾਥ ਦੱਸੋ ਬਾਕੀ ਕਿਹੜੀ ਗੱਲ ਰਹਿ ਗਈ ਸ਼ਰਮ ਸੀ ਆਪ ਦੇ ਦਰਸ਼ਨ ਮਾਤਰ ਨਾਲ ਠੰਡ ਪਈ ਸੀ ਇਹ ਮੈਂ ਸ਼ੋਭਾ ਕਰਨ ਲਈ ਨਹੀਂ ਪਰ ਸੱਚ ਆਖਿਆ ਹੈ ਆਪ ਦੇ ਕਥਨ ਨਾਲ ਸਵਾਦ ਆਇਆ ਹੈ ਤੇ ਹੁਣ ਸਮਝ ਵੀ ਪਈ ਹੈ ਗੱਲ ਚਾਹੇ ਗਿਆਨੀ ਹੋਣ ਕਰਕੇ ਸਮਝਦਾ ਸਾਂ ਪਹਿਲੇ ਵੀ ਪਰ ਉਹ ਸਮਝ ਸੰਸਿਆ ਸੰਯੁਕਤ ਸੀ ਤੇ ਦਿਲ ਵੱਜ ਨਹੀਂ ਸਿੱਖਾਂਦਾ ਮਨੁਖ ਕਥੈ ਕਥ ਲੋਕ ਸੁਣਾਵੇ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲਿਆ ਤਾਂ ਦ੍ਰਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਨਾਲੇ ਉਹ ਸਫਾ ਨਹੀਂ ਸੀ ਹੁੰਦੀ ਸਮਝ ਆਪਨੇ ਸਾਫ ਸਾਫ ਕਰਕੇ ਸਮਝਾ ਦਿੱਤਾ ਹੈ ਪਰ ਅਜੇ ਸਾਨੂੰ ਸੋਝੀ ਨਹੀਂ ਪਈ ਕਿ ਸਾਡੀ ਪੁੱਲ ਕਿੱਥੇ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ